ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਲਾਲ ਬਟਨ ਦੇ ਕਰਕੇ ਕਲਿੱਕ, ਆਪਣਾ ਚੈਨਲ ਕਰ ਲਓ ਸਬਸਕ੍ਰਾਈਬ, ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਅਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਥੈਂਕ ਯੂ ਵੈਰੀ ਮੱਚ। ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਹਲ, ਤਵੀਆਂ, ਟਰੈਕਟਰ, ਟਰਾਲੀ ਜਾਂ ਕੋਈ ਵੀ ਮਸ਼ੀਨਰੀ ਵੀਰੇ, ਕਾਰ, ਜੀਪ, ਗੱਡੀ ਸੇਲ ਕਰਨੀ ਹੈ ਤਾਂ ਉਸਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀਂਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ, ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ ਤੇ ਕਰ ਦੇਵਾਂਗੇ। ਬਿਲਕੁਲ ਫ੍ਰੀ ਐਡ ਹੈ ਵੀਰੇ, ਕੋਈ ਕਮਿਸ਼ਨ ਨਹੀਂ ਆਪਣਾ। ਸੋ ਇੱਕ ਰਿਕੁਐਸਟ ਹੈ ਵੀਰੇ, ਜੋ ਕੋਈ ਮੇਰਾ ਵੀਰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜਿਹੜਾ ਰੇਟ ਹੈ, ਪ੍ਰਾਈਜ਼ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਅਤੇ ਸਹੀ ਜਾਣਕਾਰੀ ਦਿਓ ਵੀਰੇ। ਸੋ ਵੀਰੇ, ਜੋ ਕੰਪਲੇਂਟ ਆਉਂਦੀ ਹੈ ਰੇਟ ਬਾਰੇ, ਉਸਦੇ ਰਿਗਾਰਡਿੰਗ ਆਪਾਂ ਦੱਸਣ ਲੱਗੇ ਵੀਰੇ। ਜੋ ਕਿ ਆਪਾਂ ਰੇਟ ਐਡ ਦੇ ਵਿੱਚ ਦੱਸਦੇ ਹਾਂ ਉਹ ਸਿਰਫ ਇੱਕ ਮਾਲਕ ਵੀਰਾਂ ਵੱਲੋਂ ਰੱਖੀ ਗਈ ਡਿਮਾਂਡ ਹੁੰਦੀ ਹੈ ਵੀਰੇ, ਜੋ ਮੌਕੇ 'ਤੇ ਰੇਟ ਘੱਟ ਹੋਵੇਗਾ। ਸੋ ਸਾਰੇ ਵੀਰਾਂ ਨੂੰ ਰਿਕੁਐਸਟ ਹੈ, ਜੋ ਕੋਈ ਮੇਰਾ ਵੀਰ ਖਰੀਦਣ ਦਾ ਚਾਹਵਾਨ ਹੈ ਤਾਂ ਇੱਕ ਵਾਰੀ ਕਾਲ ਕਰਕੇ ਰੇਟ ਕਨਫਰਮ ਕਰਕੇ ਤੁਸੀਂ ਚੀਜ਼ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਸੋ ਵੀਰੇ, ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ, 6 ਗੱਡੀਆਂ ਨੇ ਵੀਰੇ। ਗੱਡੀਆਂ ਦੇ ਵਿੱਚ ਆਪਣੇ ਕੋਲ ਮਰੂਤੀ ਅਲਟੋ LXI ਗੱਡੀ ਹੈ, ਮਰੂਤੀ ਸਵਿਫਟ BDI ਗੱਡੀ ਹੈ, ਟੋਇਟਾ ETS ਗੱਡੀ ਹੈ, ਸਵਿਫਟ ਡਿਜ਼ਾਇਰ ਗੱਡੀ ਹੈ, ਫੋਰਡ ਫੀਗੋ ਗੱਡੀ ਹੈ, ਇੱਕ ਮਹਿੰਦਰਾ ਸਕੋਰਪੀਓ ਗੱਡੀ ਹੈ। ਇਹ 6 ਗੱਡੀਆਂ ਨੇ ਵੀਰੇ ਸੇਲ ਲਈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਹਾਂ ਮਰੂਤੀ ਅਲਟੋ ਬਾਰੇ। ਮਰੂਤੀ ਅਲਟੋ ਵੀਰੇ 2010 ਮਾਡਲ ਗੱਡੀ ਹੈ, LXI ਵਰਜਨ ਹੈ, ਬੰਪ ਟੂ ਬੰਪਰ ਸਾਰਾ ਓਰੀਜਨਲ ਪੇਂਟ ਹੈ ਵੀਰੇ, ਵਧੀਆ ਟੋਪ ਕਲਾਸ ਦਾ ਰੰਗ ਪੇਂਟ ਹੈ ਗੱਡੀ ਦਾ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜਿਹੜੇ ਟਾਇਰ ਨੇ 70-80 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰੀਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਸੀਲਡ ਇੰਜਨ ਗੇਅਰ ਹੈ ਵੀਰੇ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, 60,000 ਕਿਲੋਮੀਟਰ ਚੱਲੀ ਹੋਈ ਹੈ ਗੱਡੀ, ਸਾਰੀ ਓਰੀਜਨਲ ਚੱਲੀ ਹੈ, ਬਿਲਕੁਲ ਟੋਪ ਕਲਾਸ ਦੀ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ, ਪਾਵਰ ਸਟੇਅਰਿੰਗ ਗੱਡੀ ਹੈ। ਦਿੱਲੀ ਨੰਬਰ ਗੱਡੀ ਹੈ ਵੀਰੇ, NOC ਵਗੈਰਾ ਸਭ ਕੰਪਲੀਟ ਹੈ, ਪੇਪਰ ਵਗੈਰਾ ਟੋਟਲ ਕੰਪਲੀਟ ਨੇ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ। ਏਰੀਆ ਠੁੱਲੀਵਾਲ ਪਿੰਡ ਹੈ ਵੀਰਾਂ ਦਾ, ਜ਼ਿਲ੍ਹਾ ਬਰਨਾਲਾ, ਉੱਥੇ ਵੀਰਾਂ ਕੋਲ ਗੱਡੀ ਹੈ। ਗੱਡੀ ਜਿਹੜੀ ਡਿਮਾਂਡ ਰੱਖੀ ਗਈ ਹੈ 1,50,000 ਰੁਪਇਆ, ਬਾਕੀ ਮੌਕੇ 'ਤੇ ਡਿਸਕਾਊਂਟ ਹੋ ਜੂਗਾ। ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਮਰੂਤੀ ਸਵਿਫਟ ਗੱਡੀ ਦਿਖਾ ਰਹੇ ਹਾਂ, ਮਰੂਤੀ ਸਵਿਫਟ BDI ਗੱਡੀ ਹੈ ਵੀਰੇ, 2007 ਮਾਡਲ, ਜੈੱਡ ਬਲੈਕ ਕਲਰ ਦੇ ਵਿੱਚ ਗੱਡੀ ਹੈ, ਬਿਲਕੁਲ ਵਧੀਆ ਟੋਪ ਕਲਾਸ ਦੀ ਕੰਡੀਸ਼ਨ ਹੈ। ਗੱਡੀ ਦੇ ਜਿਹੜੇ ਟਾਇਰ ਨੇ 70-75 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰੀਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਪਿਆ ਵੀਰੇ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਹੈ। ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਸੈਕਿੰਡ ਓਨਰ ਹੈ ਵੀਰੇ, ਦੂਜੇ ਮਾਲਕ ਕੋਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੋਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਸਰਵਿਸ ਵਗੈਰਾ ਸਭ ਡਨ ਹੈ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਪੰਜਾਬ ਨੰਬਰ ਗੱਡੀ ਹੈ ਵੀਰੇ, ਪੇਪਰ ਵਗੈਰਾ ਸਾਰੇ ਕੰਪਲੀਟ ਨੇ। ਏਰੀਆ ਵੀਰੇ ਨਵਾਂ ਸ਼ਹਿਰ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ। ਗੱਡੀ ਦੀ ਕੀਮਤ ਰੱਖੀ ਗਈ 1,60,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਇਹਨੂੰ ਟੋਇਟਾ ETS ਗੱਡੀ ਦਿਖਾ ਰਹੇ ਹਾਂ, ਟੋਇਟਾ ETS ਲਿਵਾ ਗੱਡੀ ਹੈ ਵੀਰੇ, GD 2015 ਮਾਡਲ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜਿਹੜੇ ਟਾਇਰ ਨੇ, ਚਾਰੋ ਟਾਇਰ ਬਿਲਕੁਲ ਨਵੇਂ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰੀਜਨਲ ਨਵੇਂ ਟਾਇਰ ਨੇ, ਪੂਰੀ ਏ ਕਲਾਸ ਕੰਡੀਸ਼ਨ ਹੈ, ਬੰਪ ਟੂ ਬੰਪਰ ਸਾਰਾ ਓਰੀਜਨਲ ਪੇਂਟ ਹੈ ਵੀਰੇ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਹੈ, ਸਰਵਿਸ ਵਗੈਰਾ ਸਭ ਡਨ ਹੈ। ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਇੰਟੀਰੀਅਰ ਬਾਰੇ ਗੱਲ ਕਰੀਏ, ਟੋਪ ਕਲਾਸ ਦਾ ਇੰਟੀਰੀਅਰ ਹੈ ਵੀਰੇ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਹੋਏ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਇੱਕਦਮ ਚਿਲਡ ਹੈ, ਪਾਵਰ ਗੱਡੀ ਹੈ ਸਾਰੀ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ, ਏਜੰਸੀ ਰਿਕਾਰਡ ਸਰਵਿਸ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਪੰਜਾਬ ਨੰਬਰ ਗੱਡੀ ਹੈ ਵੀਰੇ, BIP ਨੰਬਰ ਹੈ, ਬਾਕੀ ਪੇਪਰ ਵਗੈਰਾ ਸਾਰੇ ਕੰਪਲੀਟ ਨੇ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਏਰੀਆ ਵੀਰੇ ਜਗਰਾਉਂ ਦਾ ਏਰੀਆ ਵੀਰਾਂ ਦਾ,
ਉੱਥੇ ਵੀਰਾਂ ਕੋਲੇ ਗੱਡੀ ਹੈ, ਗੱਡੀ ਦੀ ਜਿਹੜੀ ਡਿਮਾਂਡ ਰੱਖੀ ਗਈ ਹੈ 3,80,000 ਰੁਪਇਆ ਡਿਮਾਂਡ ਹੈ ਵੀਰੇ, ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਊਗਾ। ਨੰਬਰ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੈਨੂੰ ਮਹਿੰਦਰਾ ਸਕੋਰਪੀਓ ਗੱਡੀ ਦਿਖਾ ਰਹੇ ਹਾਂ। ਮਹਿੰਦਰਾ ਸਕੋਰਪੀਓ ਵੀਰੇ 2016 ਮਾਡਲ ਗੱਡੀ ਹੈ, S10 ਵਰਜਨ ਹੈ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ, ਏਅਰਬੈਗਸ ਵਾਲਾ ਮਾਡਲ ਹੈ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ। ਬੰਪਰ ਟੂ ਬੰਪਰ ਸਾਰਾ ਓਰਿਜਨਲ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਇੱਕਦਮ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ। 69,000 ਕਿਲੋਮੀਟਰ ਚੱਲੀ ਹੋਈ ਹੈ ਵੀਰੇ, ਸਾਰੀ ਓਰਿਜਨਲ ਚੱਲੀ ਗੱਡੀ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਏਜੰਸੀ ਰਿਕਾਰਡ ਸਰਵਿਸ ਹੈ, ਪੰਜਾਬ ਨੰਬਰ ਲੱਗਿਆ ਹੋਇਆ ਵੀਰੇ, VIP ਨੰਬਰ ਹੈ। ਐਕਸਟਰਾ ਓਵਰ ਸਾਈਜ਼ ਅਲੋਏ ਵੀਲ ਲੱਗੇ ਹੋਏ ਨੇ, ਐਕਸਟਰਾ ਓਵਰ ਸਾਈਜ਼ ਵੀਰੇ ਟਾਇਰ ਨੇ, ਬਿਲਕੁਲ ਟੌਪ ਕਲਾਸ ਦੇ ਨਿਊ ਟਾਇਰਸ ਨੇ, ਟੌਪ ਕਲਾਸ ਦੇ ਅਲੋਏ ਵੀਲ ਲੱਗੇ ਨੇ। ਇੰਟੀਰੀਅਰ ਬਾਰੇ ਗੱਲ ਕਰੀਏ, ਟੌਪ ਕਲਾਸ ਦੀ ਕੰਡੀਸ਼ਨ ਹੈ ਵੀਰੇ ਗੱਡੀ ਦੀ ਇੰਟੀਰੀਅਰ ਦੀ, ਲੈਦਰ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਵਗੈਰਾ ਹੋਈ ਵੀ ਹੈ, ਮਿਊਜ਼ਿਕ ਸਿਸਟਮ ਹਾਈ ਕੁਆਲਿਟੀ ਵੀਰੇ ਲੈਦਰ ਦੇ ਸ਼ੀਟਸ ਨੇ, ਬਾਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਕੈਪਟਨ ਸ਼ੀਟਸ ਨੇ ਵੀਰੇ, ਬਿਲਕੁਲ ਟੌਪ ਕਲਾਸ ਦੀ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ। ਏਰੀਆ ਵੀਰੇ ਬਰਨਾਲਾ ਏਰੀਆ ਵੀਰਾਂ ਦਾ, ਬਰਨਾਲੇ ਲੋਕਲ ਇਹ ਗੱਡੀ ਖੜੀ ਹੈ। ਗੱਡੀ ਦੀ ਕੀਮਤ ਰੱਖੀ ਗਈ 12,50,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੈਨੂੰ ਮਰੂਤੀ ਸਵਿਫਟ ਗੱਡੀ ਦਿਖਾ ਰਹੇ ਹਾਂ। ਮਰੂਤੀ ਸਵਿਫਟ ਡਿਜ਼ਾਇਰ ਗੱਡੀ ਹੈ ਵੀਰੇ, 2013 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜਿਹੜੇ ਟਾਇਰ ਨੇ 70-75 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਪੂਰੀ ਏ ਕਲਾਸ ਕੰਡੀਸ਼ਨ ਹੈ, ਟੌਪ ਕਲਾਸ ਦੇ ਅਲਾਈ ਵੀਲ ਲੱਗੇ ਹੋਏ ਨੇ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ। 72,000 ਕਿਲੋਮੀਟਰ ਚੱਲੀ ਹੋਈ ਹੈ, ਸਾਰੀ ਓਰਿਜਨਲ ਚੱਲੀ ਗੱਡੀ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸਰਵਿਸ ਵਗੈਰਾ ਸਭ ਡਨ ਹੈ ਵੀਰੇ, ਫਸਟ ਓਨਰ ਹੈ, ਪਹਿਲੇ ਮਾਲਕ ਕੋਲ ਗੱਡੀ ਹੈ ਇਹ, ਬਿਲਕੁਲ ਕੇਅਰ ਨਾਲ ਰੱਖੀ ਗਈ ਗੱਡੀ ਹੈ ਵੀਰੇ। ਇੰਟੀਰੀਅਰ ਬਾਰੇ ਗੱਲ ਕਰੀਏ, ਟੌਪ ਕਲਾਸ ਦੇ ਲੈਦਰ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਇੱਕਦਮ ਓਕੇ ਚੱਲਦਾ ਹੈ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਪੰਜਾਬ ਨੰਬਰ ਗੱਡੀ ਹੈ ਵੀਰੇ, ਪੇਪਰ ਵਗੈਰਾ ਸਾਰੇ ਕੰਪਲੀਟ ਨੇ। ਏਰੀਆ ਵੀਰੇ ਲੁਧਿਆਣਾ ਏਰੀਆ ਵੀਰਾਂ ਦਾ, ਲੋਕਲ ਲੁਧਿਆਣੇ ਇਹ ਗੱਡੀ ਖੜੀ ਹੈ। ਗੱਡੀ ਦੀ ਜਿਹੜੀ ਕੀਮਤ ਰੱਖੀ ਗਈ ਹੈ 3,35,000 ਰੁਪਇਆ ਵੀਰੇ, ਇਹ ਇੱਕ ਡਿਮਾਂਡ ਹੈ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਇਹਨੂੰ ਫੋਰਡ ਫੀਗੋ ਗੱਡੀ ਦਿਖਾ ਰਹੇ ਹਾਂ। ਫੋਰਡ ਫੀਗੋ ਵੀਰੇ ZXI ਮਾਡਲ ਹੈ, CRDI ਵਰਜਨ ਹੈ, 2014 ਮਾਡਲ ਗੱਡੀ ਹੈ ਵੀਰੇ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ। ਗੱਡੀ ਦੇ ਜਿਹੜੇ ਟਾਇਰ ਨੇ 70-80 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਪੂਰੀ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ। ਬੰਪਰ ਟੂ ਬੰਪਰ ਸਾਰਾ ਓਰਿਜਨਲ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਸੀਲਡ ਇੰਜਨ ਗੇਅਰ ਹੈ ਵੀਰੇ, ਸੈਕਿੰਡ ਓਨਰ ਹੈ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ, ਵਧੀਆ ਸਮੂਥ ਚੱਲਦੀ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਬਿਲਕੁਲ ਓਕੇ ਕੰਡੀਸ਼ਨ ਹੈ। ਸਰਵਿਸ ਵਗੈਰਾ ਸਭ ਡਨ ਹੈ ਵੀਰੇ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ ਸਾਰੀ ਦੀ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ, ਪਾਵਰ ਗੱਡੀ ਹੈ ਸਾਰੀ। ਪੰਜਾਬ ਨੰਬਰ ਗੱਡੀ ਹੈ ਵੀਰੇ, ਪੇਪਰ ਵਗੈਰਾ ਸਾਰੇ ਕੰਪਲੀਟ ਨੇ। ਏਰੀਆ ਵੀਰੇ ਭੋਗਪੁਰ ਏਰੀਆ ਵੀਰਾਂ ਦਾ, ਜ਼ਿਲ੍ਹਾ ਜਲੰਧਰ, ਉੱਥੇ ਵੀਰਾਂ ਕੋਲ ਗੱਡੀ ਹੈ। ਗੱਡੀ ਦੀ ਜਿਹੜੀ ਕੀਮਤ ਰੱਖੀ ਗਈ ਹੈ 3,10,000 ਰੁਪਇਆ ਵੀਰੇ, ਇਹ ਸਿਰਫ ਡਿਮਾਂਡ ਹੈ, ਮੌਕੇ ਤੇ ਡਿਸਕਾਊਂਟ ਹੋ ਜਾਊਗਾ। ਨੰਬਰ ਮਾਲਕ ਵੀਰਾਂ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਜੁੜੇ ਹੋਏ ਨੇ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ, ਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਵੀਰਾਂ ਨੂੰ ਰਿਕੁਐਸਟ ਆ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਵੀਰੇ, ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹਿਣ। ਸੋ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪੋ ਆਪਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਓ, ਜੇ ਕੋਈ ਸਾਡੇ ਵੱਲੋਂ ਕਮੀ ਪੇਸ਼ੀ ਰਹਿੰਦੀ ਹੈ ਤਾਂ ਸਾਨੂੰ ਪਤਾ ਚੱਲ ਸਕੇ, ਅਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੀ ਤੋਂ ਚੰਗੀ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੀਏ। ਸੋ ਇੱਕ ਰਿਕੁਐਸਟ ਉਹ ਵੀਰਾਂ ਨੂੰ ਹੈ ਜੋ ਆਪਾਂ ਨੂੰ ਐਡ ਕਰਵਾਉਣ ਲਈ ਮਿਸ਼ਨਰੀ ਸੈਂਡ ਕਰਦੇ ਨੇ, ਸੋ ਪਲੀਜ਼ ਵੀਰੇ ਰਿਕੁਐਸਟ ਹੈ ਵੀ ਸਾਰੇ ਵੀਰਾਂ ਨੂੰ ਇਸ ਚੀਜ਼ ਦਾ ਪਤਾ ਹੈ,
ਜੋ ਕਿ ਆਪਾਂ ਐਡ ਕਰਦੇ ਹਾਂ ਵੀਰੇ, ਉਹਦੇ ਵਿੱਚ ਆਪਣਾ ਕੋਈ ਕਮਿਸ਼ਨ ਨਹੀਂ ਐਡ ਹੁੰਦਾ, ਕੋਈ ਆਪਾਂ ਖੁਦ ਵੱਲੋਂ ਰੇਟ ਨਹੀਂ ਲਾਉਂਦੇ, ਤੁਹਾਡੇ ਵੱਲੋਂ ਦਿੱਤੇ ਹੋਏ ਰੇਟ ਦੇ ਅਨੁਸਾਰ, ਤੁਹਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਦੇ ਅਨੁਸਾਰ ਆਪਾਂ ਐਡ ਕਰਨੀ ਹੁੰਦੀ ਹੈ। ਸੋ ਪਲੀਜ਼ ਵੀਰੇ, ਰਿਕੁਐਸਟ ਹੈ ਵੀ ਉਹੀ ਜਾਣਕਾਰੀ ਦਿਆ ਕਰੋ ਜਿਹੜੀ ਤੁਹਾਡੀ ਚੀਜ਼ ਦੀ ਬਣਦੀ ਹੈ, ਅਤੇ ਉਹੀ ਰੇਟ ਰੱਖੋ ਵੀਰੇ ਜਿਹੜਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਹਾਡੀ ਚੀਜ਼ ਦਾ ਬਣਦਾ ਹੈ। ਬਹੁਤ ਜ਼ਿਆਦਾ ਰੇਟ ਰੱਖ ਕੇ ਚੀਜ਼ਾਂ ਦੀ ਵੀਰੇ ਵੈਲਿਊ ਨਾ ਖਰਾਬ ਕਰੋ, ਨਾ ਹੀ ਤਾਂ ਉਹ ਰੇਟ ਦੇ ਉੱਤੇ ਚੀਜ਼ਾਂ ਨੇ ਸੇਲ ਹੋਣਾ, ਅਤੇ ਆਪਣੇ ਚੈਨਲ 'ਤੇ ਵੀ ਉਸ ਚੀਜ਼ ਦਾ ਬੁਰਾ ਪ੍ਰਭਾਵ ਪੈਂਦਾ ਹੈ। ਸੋ ਉਮੀਦ ਕਰਦੇ ਅੱਗੇ ਤੋਂ ਸਪੋਰਟ ਕਰੋਗੇ, ਸਾਥ ਦਿਓਗੇ, ਸਹੀ ਜਾਣਕਾਰੀ ਦਿਓਗੇ ਆਪਾਂ ਨੂੰ, ਕਿਉਂਕਿ ਵੀਰੇ ਤੁਹਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਦੇ ਅਨੁਸਾਰ ਹੀ ਐਡ ਹੋਣੀ ਹੁੰਦੀ ਹੈ। ਸੋ ਕਈ ਮੇਰੇ ਵੀਰ ਘੱਟ ਰੇਟ ਦੇ ਉੱਤੇ ਐਡ ਕਰਵਾ ਲੈਂਦੇ ਨੇ, ਅਤੇ ਜਦੋਂ ਕੋਈ ਮੇਰਾ ਵੀਰ ਖਰੀਦਣ ਲਈ ਕਾਲ ਕਰਦਾ, ਉਦੋਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਵੀਰੇ, ਉਦੋਂ ਬਹੁਤ ਜ਼ਿਆਦਾ ਰੇਟ ਮੰਗ ਲਿਆ ਜਾਂਦਾ ਹੈ। ਸੋ ਰਿਕੁਐਸਟ ਹੈ ਵੀਰੇ, ਸਹੀ ਸਾਥ ਦਿਓ, ਸਪੋਰਟ ਕਰੋ, ਸਹੀ ਰੇਟ ਰੱਖੋ, ਸਹੀ ਜਾਣਕਾਰੀ ਦਿਓ, ਤਾਂ ਜੋ ਤੁਹਾਡੀਆਂ ਚੀਜ਼ਾਂ ਹੱਥੋਂ ਹੱਥੀ ਸੇਲ ਹੋ ਸਕਣ। ਥੈਂਕ ਯੂ ਵੀਰੇ।